ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ, ਆਵਾਜ਼ ਪੰਜਾਬ ਦੀ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਖੇਤੀ ਕਾਨੂੰਨਾਂ ਨੂੰ ਲੈ ਕੇ ਜਿੱਥੇ ਹਰ ਕੋਈ ਵਿਰੋਧ ਕਰ ਰਿਹਾ ਹੈ, ਉੱਥੇ 26 ਜਨਵਰੀ ਗਣਤੰਤਰ ਦਿਵਸ ਦੇ ਪਰੇਡ ਦੇ ਵਿੱਚ ਹਿੱਸਾ ਲੈਣ ਲਈ ਹਰ ਕੋਈ ਹਿੱਸਾ ਲੈਣ ਜਾ ਰਿਹਾ ਹੈ, ਜਿਸ ਦੇ ਨਾਲ ਕਿ ਮੋਦੀ ਸਰਕਾਰ ਦੀਆਂ ਅੱਖਾਂ ਖੋਲ੍ਹੀਆਂ ਜਾਣਗੀਆਂ। ਉੱਥੇ ਵੱਖ ਵੱਖ ਪਿੰਡਾਂ ਤੋਂ ਭਾਰੀ ਕਾਫਲੇ ਦੇ ਨਾਲ ਆਪਣੇ ਟਰੈਕਟਰ ਲੈ ਕੇ ਲੋਕ ਦਿੱਲੀ ਵੱਲ ਨੂੰ ਰਵਾਨਾ ਹੋ ਰਹੇ ਹਨ। ਉੱਥੇ ਪਿੰਡ ਚਹੇੜੂ ਤੋਂ ਵੀ ਕਿਸਾਨ ਦਲਜੀਤ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਵੱਡਾ ਜੱਥਾ ਰਵਾਨਾ ਹੋਇਆ। ਇਸ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੇ ਨਾਲ ਅਸਮਾਨ ਗੂੰਜ ਉੱਠਿਆ। ਸਰਕਾਰ ਖਿਲਾਫ਼ ਜੋਸ਼ੀਲੇ ਲਾਏ ਨਾਰਿਆਂ ਨੇ ਗਰਮੀ ਲਿਆ ਦਿੱਤੀ। ਇਸ ਮੌਕੇ ਸਰਦਾਰ ਦਲਜੀਤ ਸਿੰਘ ਚਹੇੜੂ ਨੇ ਕਿਹਾ ਕਿ ਮੋਦੀ ਸਰਕਾਰ ਦੇ ਅੜੀਅਰ ਵਤੀਰੇ ਦੇ ਕਾਰਨ ਕਿਸਾਨ ਸੰਘਰਸ਼ ਇਸ ਵੇਲੇ ਸਿਖਰਾਂ 'ਤੇ ਪੁੱਜ ਗਿਆ ਹੈ। ਕਿਸਾਨਾਂ ਦਾ ਸਬਰ ਹੁਣ ਜਬਰ ਦੇ ਨਾਲ ਮੁਕਾਬਲਾ ਕਰਕੇ 58 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਹਨ। ਇਸ ਵੇਲੇ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੇ ਕਾਰਨ ਕਿਸਾਨ ਸੰਘਰਸ਼ ਹੁਣ ਇਸ ਵੇਲੇ ਸਿਖਰਾਂ 'ਤੇ ਪੁੱਜ ਗਿਆ ਹੈ। ਕਿਸਾਨ ਸਬਰ ਨਾਲ ਜਬਰ ਦਾ ਮੁਕਾਬਲਾ ਕਰਦੇ 58 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹਨ, ਪਰ ਹੁਣ ਦੁਨੀਆ ਦੀ ਕੋਈ ਵੀ ਤਾਕਤ ਅੰਨਦਾਤੇ ਕੋਲੋਂ ਰੱਬ ਦਾ ਦਿੱਤਾ ਰਿਜ਼ਕ ਖੋਹ ਨਹੀਂ ਸਕਦੀ। ਵਾਹਿਗੁਰੂ ਅੱਗੇ ਅਰਦਾਸ ਕਰਕੇ ਅੱਜ ਉਹ ਦਿੱਲੀ ਵੱਲ ਨੂੰ ਰਵਾਨਾ ਹੋਏ ਹਨ। ਉਹ ਮੋਦੀ ਸਰਕਾਰ ਕੋਲੋਂ ਆਪਣਾ ਹੱਕ ਵਾਪਸ ਲੈ ਕੇ ਹੀ ਘਰਾਂ ਨੂੰ ਪਰਤਣਗੇ। ਪਿੰਡ ਚਹੇੜੂ ਤੋਂ ਕੈਮਰਾਮੈਨ ਅਮਨਦੀਪ ਟੰਡਾ ਦੇ ਨਾਲ ਵਿਜੇਪਾਲ ਸਿੰਘ ਤੇਜੀ ਦੀ ਵਿਸ਼ੇਸ਼ ਰਿਪੋਰਟ। ਤਹਿਲਕਾ ਪੰਜਾਬ, ਆਵਾਜ਼ ਪੰਜਾਬ ਦੀ। ਮੈਂ ਹਾਂ ਵਿਜੇਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਜਿਵੇਂ ਕਿ ਖੇਤੀ ਆਰਡੀਨੈਂਸ ਨੂੰ ਲੈ ਕੇ ਅੱਜ ਕਿਸਾਨਾਂ ਦਾ ਸੰਘਰਸ਼ ਪੂਰੇ ਸਿਖਰਾਂ ਦੇ ਉੱਪਰ ਆ। ਉੱਥੇ ਜਿੱਥੇ ਸਰਕਾਰ ਦਾ ਅੜੀਅਲ ਵਤੀਰਾ ਕਿਸਾਨਾਂ ਦੇ ਨਾਲ, ਉਹਨਾਂ ਦੀ ਕੋਈ ਵੀ ਗੱਲਬਾਤ ਨਹੀਂ ਹੋ ਰਹੀ। 10 ਮੀਟਿੰਗਾਂ ਹੋਣ ਦੇ ਬਾਵਜੂਦ ਵੀ ਕੋਈ ਵੀ ਸਿੱਟੇ 'ਤੇ ਗੱਲ ਨਹੀਂ ਪੁੱਜੀ। ਸੋ ਇਸ ਦੇ ਮੱਦੇਨਜ਼ਰ ਅੱਜ ਭਾਰੀ ਗਿਣਤੀ ਦੇ ਵਿੱਚ ਕਿਸਾਨ ਪਿੰਡ ਚਹੇੜੂ ਤੋਂ ਆਪਣੇ ਵੱਡੇ ਕਾਫਲੇ ਦੇ ਨਾਲ ਟਰੈਕਟਰ ਮਾਰਚ ਕਰਕੇ ਦਿੱਲੀ ਨੂੰ ਰਵਾਨਾ ਹੋ ਰਹੇ ਹਨ। ਸਾਡੇ ਨਾਲ ਹਨ ਸਰਦਾਰ ਦਲਜੀਤ ਸਿੰਘ ਜੀ ਚਹੇੜੂ। ਸੋ ਗੱਲਬਾਤ ਕਰਾਂਗੇ ਕਿ ਅੱਜ ਦੇ ਇਸ ਜੋ ਟਰੈਕਟਰ ਰੈਲੀ ਲੈ ਕੇ ਤੁਸੀਂ ਦਿੱਲੀ ਜਾ ਰਹੇ ਹੋ, ਕੀ ਰਣਨੀਤੀ ਹੈ ਤੁਹਾਡੀ? ਰਣਨੀਤੀ ਤਾਂ ਜੀ ਦੇਖੋ, ਸਾਰਿਆਂ ਨੂੰ, ਸਾਨੂੰ ਜਥੇਬੰਦੀਆਂ ਨੇ, ਕਿਸਾਨ ਜਥੇਬੰਦੀਆਂ ਨੇ ਸਾਰਿਆਂ ਨੂੰ, ਕਿਸਾਨਾਂ ਨੂੰ, ਮਜ਼ਦੂਰਾਂ ਨੂੰ, ਸਾਰੇ ਲੋਕਾਂ ਨੂੰ ਸਾਰਿਆਂ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਕੱਲ੍ਹ ਦੀ ਤਾਜ਼ਾ ਅਪਡੇਟ ਜੋ ਕਿ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਿੱਲੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਵੀ ਸਰਕਾਰ ਨੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ, ਕਿਉਂਕਿ ਉਹ ਕਿਸਾਨਾਂ ਦੀ, ਜਿਸ ਦਿਨ ਤੋਂ ਕਿਸਾਨ ਸੰਘਰਸ਼ ਮੋਰਚਾ ਲਾ ਕੇ ਉੱਥੇ ਡੱਡੇ ਹੋਏ ਨੇ ਬਾਰਡਰਾਂ 'ਤੇ, ਉਹਨਾਂ ਵੱਲੋਂ ਜੋ ਸੇਵਾਵਾਂ ਨਿਵਾਰੀਆਂ ਹਨ ਜੋ ਕਿ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੇ ਡੱਕ ਦਿੱਤਾ ਹੋਇਆ, ਉੱਥੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਰਕਾਰ ਜਦੋਂ ਤੁਸੀਂ ਮਾਰਚ ਕਰਨ ਜਾਓਗੇ ਗਣਤੰਤਰ ਦਿਵਸ 'ਤੇ, ਅਤੇ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ? ਸਰਕਾਰ ਨੇ ਗੜਬੜ ਕਰਨਾ ਚਾਹੁੰਦੇ ਹਨ, ਰਾਤੀ ਅਨਸਰਾਂ ਨੂੰ ਅਸਲੇ ਦੇ ਸਮੇਤ ਪਕੜ ਕੇ ਪੁਲਿਸ ਦੇ ਹਵਾਲੇ ਕੀਤਾ ਹੈ, ਸੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕਹਿੰਦਾ ਜੀ ਸਰਕਾਰ ਨੇ ਸਰਕਾਰ ਚੱਲਦਾ ਇਹ ਸਾਰਿਆਂ ਨੂੰ ਕਿਸਾਨ ਕੋਈ ਜਿਹੜਾ ਨਹੀਂ ਮਰਜ਼ੀ।
ਕਾਫਲੇ ਦੇ ਨਾਲ ਆਪਣੇ ਪਿੰਡ ਚਹੇੜੂ ਤੋਂ ਦਿੱਲੀ ਨੂੰ ਕੂਚ ਕਰ ਰਹੇ ਹੋ, ਸੋ ਮੈਂ ਜਾਣਨਾ ਚਾਹਾਂਗੇ ਕਿ ਪਿਛਲੇ ਪੰਜਾਬ ਦੀਆਂ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ? ਅਸੀਂ ਵੀ ਸੰਗਤਾਂ ਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਵੀ ਸਾਰੇ ਲੋਕਾਂ ਨੂੰ ਦਿੱਲੀ ਪਹੁੰਚਣਾ ਚਾਹੀਦਾ ਹੈ। ਜਿਹੜੇ ਲੋਕ ਨਹੀਂ ਪਹੁੰਚ ਸਕਦੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਜਾ ਕੇ ਆਪਣੇ ਸਾਰਿਆਂ ਦੇ ਸੰਘਰਸ਼ ਲਈ ਦੱਸ ਸਕਦੇ ਚਾਹੀਦੇ ਵੀ ਪਰਮਾਤਮਾ ਜਿੱਤ ਜਿਹੜੀ ਆ ਆਪਣੇ ਆਪਣੇ ਘਰਾਂ 'ਤੇ ਸਾਰਿਆਂ ਨੂੰ ਬੇਨਤੀ ਵੀ ਝੰਡੇ ਲਹਿਰਾਓ, ਅਕਾਲੀਆਂ ਜਾਓ, ਸਾਰੇ ਕਿਸਾਨਾਂ ਨੂੰ ਆਪਣਾ ਝੰਡੇ ਲਾਓ, ਕਿਸਾਨ ਗੁਰਦੁਆਰਾ ਸਾਹਿਬ ਜਾਓ, ਉੱਥੇ ਜਾ ਕੇ ਆਪਣੀਆਂ ਅਰਦਾਸਾਂ ਬੇਨਤੀਆਂ ਕਰੋ ਵੀ ਜਿਹੜਾ ਸੰਘਰਸ਼ ਚੱਲ ਰਿਹਾ ਸਮਾਪਤ ਹੋਵੇ, ਕਿਸਾਨਾਂ ਦੀ ਜਿੱਤ ਹੋਵੇ, ਕਾਲੇ ਕਾਨੂੰਨ ਜਿਹੜੇ ਸਰਕਾਰ ਨੇ ਪਾਸ ਕੀਤੇ ਉਹ ਰੱਦ ਹੋਣਾ। ਸੋ ਇਹ ਸਨ ਬਹੁਤ ਹੀ ਸਤਿਕਾਰਯੋਗ ਸਰਦਾਰ ਦਲਜੀਤ ਸਿੰਘ ਜੀ ਚੇੜੂ। ਸੋ ਜਿੱਥੇ ਮੈਂ ਅਦਾਰਾ ਤਹਿਲਕਾ ਪੰਜਾਬ ਦੀ ਟੀਮ ਵੱਲੋਂ ਪੁੱਠ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਕਿਸਾਨਾਂ ਦੀਆਂ ਹੱਕੀ ਮੰਗਾਂ ਨੂੰ ਮੰਨ ਕੇ ਸੰਘਰਸ਼ ਨੂੰ ਜਲਦੀ ਤੋਂ ਜਲਦੀ ਖਤਮ ਕਰਨਾ ਚਾਹੀਦਾ। ਉੱਥੇ ਅਰਦਾਸ ਕਰਦੇ ਹਾਂ ਕਿ ਇਹ ਜੋ ਕਿਸਾਨ ਇਹਨਾਂ ਦੀ ਜਿੱਤ ਯਕੀਨੀ ਬਣਾ ਕੇ ਆਪਣੇ ਘਰਾਂ ਨੂੰ ਵਾਪਸ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਜੀ, ਇਹ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਆਂ ਹਾਲਾਤ ਨੇ ਉਹ ਮਜ਼ਬੂਤ।